ਪੁਰਾਣੇ ਰੰਜਿਸ਼ ਦੇ ਚਲਦਿਆਂ ਬਜ਼ੁਰਗ ਤੇ ਇੱਟਾਂ ਨਾਲ ਹਮਲਾ ਕੀਤਾ। ਮਾਮਲਾ ਮੋਗੇ ਦਾ, ਜਿੱਥੇ ਦੁੱਧ ਪਾਉਣ ਜਾ ਰਹੇ ਬਜ਼ੁਰਗ ਤੇ ਇੱਕ ਧਿਰ ਨੇ ਇੱਟਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਸਦੀ ਕੁਝ ਸਮਾਂ ਪਹਿਲਾਂ ਹਮਲਾਵਰਾਂ ਨਾਲ ਲੜਾਈ ਹੋਈ ਸੀ ਤੇ ਉਸਦੇ ਚਲਦਿਆਂ ਹੀ ਮੁਲਜ਼ਮਾਂ ਨੇ ਉਸਤੇ ਹਮਲਾ ਕਰ ਦਿੱਤਾ। ਦੱਸਦੇ ਹਮਲਾ ਕਰਨ ਵਾਲਿਆਂ 'ਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਅ ਜੀ, ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਨਰਿੰਜਮ ਸਿੰਘ। ਇੱਥੇ ਬੁੱਕਣਾਲਾ ਰੋਡ 'ਤੇ ਇੱਕ ਲੜਾਈ ਹੋਈ ਹੈ, ਕੀ ਹੋਇਆ ਕੀ ਹੈ? ਮੈਂ ਸੀ ਜੀ, ਮੈਂ ਘਰੋਂ ਆਉਂਦਾ। ਅੱਛਾ। ਦੁੱਧ ਪਾਉਣ ਮੇਰੇ ਕੋਲ 10 ਕਿਲੋ ਦੁੱਧ ਸੀ। ਠੀਕ ਹੈ। ਅਤੇ ਮੈਂ ਜਦੋਂ ਆਇਆ ਮੈਨੂੰ ਰੋਕ ਕੇ ਇਹਦਾ ਚਿੱਟਾ ਪੀਤਾ ਸੀ, ਕਹਿੰਦੀ ਭਾਅ ਜੀ ਗੱਲ ਸੁਣੀ। ਅੱਛਾ। ਫਿਰ ਮੇਰੇ ਜਦੋਂ ਸਿਰ 'ਚ ਵਾਰ ਕੀਤਾ ਅਤੇ ਮੈਂ ਫੜ ਲਈ। ਹਾਂ। ਇਹਦੇ ਨਾਲ ਇੱਕ ਇਹਦੇ ਪੁਲਿਸੀਆ ਰਹਿੰਦਾ ਘਰ, ਉਹ ਵੀ ਆ ਗਿਆ। ਇਹ ਜਦੋਂ ਗੱਲ ਪੈਣ ਲੱਗੇ ਮੈਨੂੰ ਗੁਰਦੁਆਰੇ ਵਾਲਿਆਂ ਨੇ ਆਵਾਜ਼ ਦਿੱਤੀ ਵੀ ਭੱਜ। ਵਾਰ ਕਰਨ ਵਾਲੀ ਕੌਣ ਸੀਗੀ? ਵਾਰ ਕਰਨ ਵਾਲੀ ਦਿੱਤੇ। ਅੱਛਾ। ਅਤੇ ਨਾਲ ਉਹ ਜਿਹੜਾ ਮੁਲਾਜ਼ਮ ਇਹਦੇ ਘਰ ਰਹਿੰਦਾ, ਜਦੋਂ ਮੈਂ ਭੱਜ ਕੇ ਜਾ ਕੇ ਦਫ਼ਤਰ ਦਾ ਵਾਰ ਡਾਲਿਆ ਗੁਰਦੁਆਰੇ ਦਾ, ਉੱਥੇ ਜਾ ਕੇ ਮੈਂ ਬਚਿਆ। ਅਤੇ ਕਿੰਨੇ ਜਾਣੇ ਸੀਗੇ ਇਹ? ਇਹ 3 ਜਾਣੇ। ਦੀਪੇ ਦੇ ਪੁਲਸੀਆ, ਉਹ ਜਿਹੜਾ ਇਹਦੇ ਘਰ ਰਹਿੰਦਾ। ਪੁਲਸੀਆ ਦੀਪੇ ਦੇ ਘਰ ਰਹਿੰਦਾ? ਹਾਂ। ਕੀ ਨਾਮ ਕੀ ਉਹਦਾ? ਉਹਦਾ ਨਾਂ ਦਾ ਮੈਨੂੰ ਚੇਤਾ ਜਾ। ਕੀ ਨਾਮ? ਅੱਛਾ। ਉਹ ਜੱਟ ਵਾਲੇ ਲੱਗਿਆ ਵਾ, ਮੈਨੇ ਥਾਣੇ ਲੱਗਾ। ਕੌਣ ਦਿਓ ਵੀ ਆ? ਲੱਗਿਆ ਕਿੱਥੇ ਆ ਉਹ? ਉਹਦੇ ਪਰਚਾ ਹੋਇਆ, ਹੁਣ ਨੌਕਰੀ ਨੂੰ ਲਾਇਆ ਹੋਇਆ। ਅੱਛਾ। ਜਾਂ ਫੋਰਚੂਨਰ ਗੱਡੀ ਦੇ ਵਿੱਚ ਕਿਰਪਾਨ ਆ, ਮੈਥੋਂ ਦੀ ਬਸਦੀ ਆ ਉਹ ਜਿਹੜੀ ਪੁਲਿਸ ਲੈ ਕੇ ਚੱਲੀ। ਅੱਛਾ। ਅਤੇ ਮੈਂ ਤਾਂ ਉੱਥੇ ਗੁਰਦੁਆਰੇ ਜਾ ਕੇ ਬਚੇ, ਮੇਰਾ ਮੋਟਰਸਾਈਕਲ ਵੀ ਘਰੇ ਲੈ ਗਏ, ਦੁੱਧ ਵੀ ਮੇਰਾ ਘਰੇ ਲੈ ਗਿਆ। ਤੁਹਾਡੇ ਪਰਿਵਾਰ ਕਾਹਦੇ ਵਾਸਤੇ ਕੀਤਾ ਉਹਨਾਂ ਨੇ? ਇਹ 2 ਮਹੀਨੇ ਪਹਿਲਾਂ ਦੀ ਲੜਾਈ ਹੋਈ ਸੀ ਕਿਤੇ ਪਹਿਲਾਂ ਹੀ। ਅੱਛਾ। ਉਹ ਰਾਜੀਨਾਮਾ ਹੋ ਚੁੱਕਾ ਸਾਡਾ। ਅੱਛਾ। ਉਹ ਰਾਜੀਨਾਮੇ ਤੋਂ ਬਾਅਦ ਇਹ ਫੇਰ ਘਰ ਪਈ ਨਹੀਂ, ਇਕੱਲੇ ਇਕੱਲੇ ਬੰਦੇ ਦੇ ਸਾਡੇ ਕੰਮ 'ਤੇ। ਹੁਣ ਇਹਨਾਂ ਨੇ ਇੱਟਾਂ ਰੋਡੇ ਚਲਾਏ ਆ? ਹਾਂ, ਇੱਟਾਂ ਰੋਡੇ ਸਾਰੇ ਇਹਨਾਂ ਦੇ ਕੋਠੇ ਤੋਂ ਆਏ। ਜਿੰਨੇ ਇੱਟਾਂ ਪਈਆਂ ਇਹਨੇ ਸਾਰੀ ਉਹਨਾਂ ਨੇ ਚਲਾਈ? ਸਾਰੀਆਂ ਇਹਨਾਂ ਨੇ ਚਲਾਈਆਂ। ਸਰ, ਅੱਜ ਮੋਗਾ ਦੇ ਬੁੱਕਣਾਲਾ ਰੋਡ ਦੇ ਉੱਤੇ ਕਾਫੀ ਹੰਗਾਮਾ ਹੋਇਆ, ਇੱਟਾਂ ਪੱਥਰ ਚੱਲੇ, ਕੀ ਇਹ ਮਾਮਲਾ ਸਰ? ਇਹ ਜੀ, ਉੱਥੇ 2 ਧਿਰਾਂ ਦਾ ਆਪਸੀ ਟਕਰਾਵ ਹੋਇਆ। ਕਿਸੇ ਤਕਰਾਰ ਨੂੰ ਲੈ ਕੇ ਉਹ 2 ਧਿਰਾਂ ਆਪਸ ਦੇ ਵਿੱਚ ਲੜੀਆਂ, ਜਿਸ ਕਰਕੇ ਉਹ ਸਾਰੇ ਪਥਰਾਵਬਾਜ਼ੀ ਆ ਉਹ ਜੋ ਹੋਈ ਹੈ। ਕੀ ਕਾਰਨ ਰਿਹਾ? ਕਾਰਨ ਇਹਨਾਂ ਦਾ ਕੋਈ, ਪਹਿਲਾਂ ਵੀ ਕੋਈ ਇਹਨਾਂ ਦੀ ਤੂੰ ਮੈਂ ਕਿਸੇ ਗੱਲ 'ਤੇ ਹੋਈ ਸੀ, ਕੁਛ ਲੜਾਈ ਦਾ ਝਗੜਾ ਇਹਨਾਂ ਦਾ ਪਹਿਲਾਂ ਵੀ ਸੀ, ਉਸ ਮਸਲੇ ਨੂੰ ਹੀ ਅੱਜ ਅੱਗੇ ਇਹਨਾਂ ਦੇ ਵਿੱਚ ਆਪਸੀ ਤਕਰਾਰ ਹੋਇਆ ਅਤੇ ਜਿਹੜਾ ਕਿ ਲੜਾਈ ਦਾ ਰੂਪ ਲੈ ਗਿਆ। ਕੋਈ ਉੱਥੇ ਵੀ ਗੱਲ ਸਾਹਮਣੇ ਆ ਰਹੀ ਵੀ ਚੱਟਾ ਵੇਚਣ ਦੀ ਗੱਲ ਕੀਤੀ ਜਾ ਰਹੀ ਸੀ, ਪਹਿਲਾਂ ਵੀ ਰੋਕਿਆ ਸੀ, ਪਹਿਲਾਂ ਇਹ ਮਾਮਲੇ ਦਰਜ ਦੇ? ਨਹੀਂ, ਇੱਦਾਂ ਦੀ ਸਾਡੇ ਕੋਲ ਕੋਈ ਗੱਲ ਨਹੀਂ ਆਈ ਹਾਲੇ, ਬਾਕੀ ਵੈਰੀਫਾਈ ਕਰਾਂਗੇ ਅਸੀਂ। ਅਤੇ ਇਹ ਜਿਹੜੀ ਕਰਾਵਗੀਆਂ ਕੋਈ ਲੇਡੀਜ਼ ਵਿੱਚ ਵੀ ਹੈਗੀਆਂ, ਕੋਈ ਪੁਲਿਸ ਵਾਲੇ ਮੁਲਾਜ਼ਮ ਵੀ ਸਾਹਮਣੇ ਆ ਰਹੇ ਹੈ ਜੀ? ਹਾਂਜੀ, ਇੱਕ ਪੁਲਿਸ ਵਾਲੇ ਮੁਲਾਜ਼ਮ ਦੇ ਵੀ ਜੋ ਅਸੀਂ ਬਿਆਨਾਂ ਦੇ ਵਿੱਚ ਸਾਨੂੰ ਮਿਲਿਆ, ਪੁਲਿਸ ਵਾਲੇ ਮੁਲਾਜ਼ਮ ਦੇ ਖਿਲਾਫ਼ ਵੀ ਮੁਕਦਮਾ ਦਰਜ ਕੀਤਾ ਗਿਆ। ਕੁਲਵਿੰਦਰ ਸਿੰਘ ਨਾਂ ਹੈ ਜੀ ਉਹਦਾ। ਕਿੱਥੇ ਤੈਨਾਤ? ਕਿੱਥੇ ਤੈਨਾਤੀ ਬਾਰੇ ਮੈਂ ਹਾਲੇ ਵੈਰੀਫਾਈ ਕਰਨਾ ਬਾਕੀ ਹੈ। Subscribe to One India channel and never miss an update.